ਨਮਸਕਾਰ, ਸੱਚ ਕੌਮ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਦੇਸ਼ ਦੁਨੀਆ ਦੀ ਟੌਪ 10 ਖਬਰਾਂ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਅਭਿਭਾਸ਼ਣ ਤੇ ਕੀਤਾ ਧੰਨਵਾਦ। ਉਹਨਾਂ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ 400 ਸੀਟਾਂ ਦਾ ਆਸ਼ੀਰਵਾਦ ਦਿੱਤਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ 40 ਸੀਟਾਂ ਬਚਾ ਪਾਓ। ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਵੀ ਮੋਦੀ ਨੇ ਕਾਂਗਰਸ ਦੇ ਜਮ ਕੇ ਸਾਧ ਨਿਸ਼ਾਨੇ ਕਿਹਾ। ਦੇਸ਼ ਦੇ ਨਾਲ ਨਾਲ ਕਾਂਗਰਸ ਨੇ ਵੀ ਭੁਗਤ ਰਹੀ ਹੈ ਪਰਿਵਾਰਵਾਦ ਦਾ ਖਮਿਆਜ਼ਾ। ਪਾਕਿਸਤਾਨ ਚੋਣਾਂ ਦੇ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਹੋਏ ਦੋ ਵੱਡੇ ਬਲਾਸਟ, ਪਹਿਲਾ ਧਮਾਕਾ ਪਿਸ਼ਨ ਸ਼ਹਿਰ ਵਿੱਚ ਹੋਇਆ, ਇਸ ਵਿੱਚ 15 ਲੋਕਾਂ ਦੀ ਹੋਈ ਮੌਤ, ਜਦਕਿ 30 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ। ਪਾਕਿਸਤਾਨੀ ਮੀਡੀਆ ਰਿਪੋਰਟ ਦੇ ਮੁਤਾਬਿਕ ਇਹ ਧਮਾਕਾ ਨਿਰਦਲੀ ਉਮੀਦਵਾਰ ਅਸਫੰਦ ਖਾਨ ਦੇ ਦਫ਼ਤਰ ਦੇ ਬਾਹਰ ਹੋਇਆ। ਉੱਥੇ ਦੂਸਰਾ ਧਮਾਕਾ ਬਲੋਚਿਸਤਾਨ ਦੇ ਹੀ ਕਿਲ੍ਹਾ ਸਫਈਆਕਾਲ ਸ਼ਹਿਰ ਵਿੱਚ ਹੋਇਆ। ਇਸ ਹਮਲੇ ਵਿੱਚ 13 ਲੋਕਾਂ ਨੇ ਤੋੜਿਆ ਦਮ। ਅਮਰੀਕਾ ਦੇ ਸ਼ਿਕਾਗੋ ਵਿੱਚ ਭਾਰਤੀ ਵਿਦਿਆਰਥੀ ਤੇ ਹਮਲਾ, ਕਟਰਾਂ ਦਾ ਇੱਕ ਵੀਡੀਓ ਆਇਆ ਸਾਹਮਣੇ। ਇਸ ਵਿੱਚ ਤਿੰਨ ਹਮਲਾਵਰ ਛਾਤਰ ਦਾ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਨੇ। ਬੁਰੀ ਤਰ੍ਹਾਂ ਦੇ ਨਾਲ ਕੀਤੀ ਗਈ ਕੁੱਟਮਾਰ ਅਤੇ ਲੁੱਟਪਾਟ ਦੀ ਘਟਨਾ ਨੂੰ ਅੰਜਾਮ ਦਿੰਦੇ ਆ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ। ਵਿਦਿਆਰਥੀ ਦਾ ਨਾਮ ਸੈਯਦ ਅਲੀ ਦੱਸਿਆ ਜਾ ਰਿਹਾ, ਹੈਦਰਾਬਾਦ ਦਾ ਰਹਿਣ ਵਾਲਾ ਹੈ। ਉੱਤਰਾਖੰਡ ਦੇ ਕਥਿਤ ਵਨ ਘੁਟਾਲੇ ਦੇ ਵਿੱਚ ਈਡੀ ਨੇ ਸਾਬਕਾ ਮੰਤਰੀ ਅਤੇ ਉੱਤਰਾਖੰਡ ਕਾਂਗਰਸ ਦੇ ਆਗੂ ਰਾਵਤ ਦੇ ਦੇਹਰਾਦੂਨ ਸਥਿਤ ਆਵਾਸ ਤੇ ਮਾਰੇ ਛਾਪੇ। ਏਜੰਸੀ ਨੇ ਰਾਵਤ ਦੇ ਕਰੀਬੀਆਂ ਦੇ ਦਿੱਲੀ, ਹਰਿਆਣਾ, ਚੰਡੀਗੜ੍ਹ ਦੇ ਬਾਰਾਂ ਟਿਕਾਣਿਆਂ ਤੇ ਵੀ ਦਿੱਤੀ ਦਸਤਕ। ਸੂਤਰਾਂ ਦੇ ਮੁਤਾਬਕ ਫੋਰੈਸਟ ਲੈਂਡ ਸਕੈਮ ਮਾਮਲੇ ਵਿੱਚ ਈਡੀ ਨੇ ਇਹ ਕੀਤੀ ਕਾਰਵਾਈ। ਦੱਸਿਆ ਜਾ ਰਿਹਾ ਕਿ ਆਪਣੇ ਫਾਇਦੇ ਦੇ ਲਈ 159 ਦਰਖਤਾਂ ਦੀ ਥਾਂ ਤੇ ਵੈਧ ਰੂਪ ਤੋਂ ਕੱਟੇ ਗਏ ਸਨ 6000 ਦਰਖਤ। ਮੱਧ ਪ੍ਰਦੇਸ਼ ਦੇ ਹਰਦਾ ਵਿੱਚ ਪਟਾਕਾ ਫੈਕਟਰੀ ਵਿੱਚ ਵਿਸਫੋਟ ਦੇ ਵਿੱਚ ਹੁਣ ਤੱਕ 11 ਲੋਕਾਂ ਦੇ ਮੌਤ, 217 ਲੋਕ ਦੱਸੇ ਜਾ ਰਹੇ ਜ਼ਖਮੀ। ਇਹਨਾਂ ਵਿੱਚ ਫੈਕਟਰੀ ਦੇ 51 ਮਜ਼ਦੂਰ ਵੀ ਸ਼ਾਮਿਲ। ਹੁਣ ਤੱਕ 95 ਲੋਕਾਂ ਨੂੰ ਹਸਪਤਾਲ ਵਿੱਚੋਂ ਕੀਤਾ ਜਾ ਚੁੱਕਾ ਡਿਸਚਾਰਜ। ਇਸ ਮਾਮਲੇ ਵਿੱਚ ਸੀਐਮ ਡਾਕਟਰ ਮੋਹਨ ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਦੋਸ਼ੀਆਂ ਨੂੰ ਕਿਸੇ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ। ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ ਕਰਨਾਲ ਸਥਿਤ ਆਵਾਸ ਤੇ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪੁਲਿਸ ਦੇ ਵਿੱਚ ਹੋਈ ਝੜਪ। ਇਸ ਦਰਮਿਆਨ ਪੁਲਿਸ ਨੇ ਕੀਤਾ ਲਾਠੀਚਾਰਜ, ਜਿਸ ਵਿੱਚ ਕਈ ਆਪ ਆਗੂ ਹੋਏ ਜ਼ਖਮੀ। ਕੁਝ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ। ਘਿਰਾਓ ਵਿੱਚ ਪਾਰਟੀ ਦੇ ਪ੍ਰਦੇਸ਼ ਅਧਿਕਸ਼ ਟਾਜਰ ਸੁਸ਼ੀਲ ਗੁਪਤਾ, ਵਰਿਸ਼ਠ ਉਪਾਧਿਅਕਸ਼ ਅਨੁਰਾਗ ਢਾਂਡਾ ਸਮੇਤ ਹੋਰ ਆਗੂਆਂ ਨੂੰ ਵੀ ਲੱਗੀਆਂ ਸੱਟਾਂ। ਸੰਯੁਕਤ ਕਿਸਾਨ ਮੋਰਚਾ ਦੇ 13 ਫਰਵਰੀ ਨੂੰ ਦਿੱਲੀ ਕੂਚ ਦੇ ਆਹਵਾਨ ਨੂੰ ਦੇਖਦੇ ਹੋਏ ਹਰਿਆਣਾ ਦੇ ਸੋਨੀਪਤ ਵਿੱਚ ਧਾਰਾ 144 ਕੀਤੀ ਗਈ ਲਾਗੂ। ਪੁਲਿਸ ਨੇ ਆਦੇਸ਼ ਜਾਰੀ ਕਰ 5 ਅਤੇ ਇਸ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਤੇ ਕਿਸੇ ਪ੍ਰਕਾਰ ਦੇ ਪੋਸਟਰ ਲਗਾਉਣ ਤੇ ਮੀਟਿੰਗ ਕਰਨ ਤੇ ਪੈਦਲੀਆਂ, ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ਦੇ ਨਾਲ ਮਾਰਚ ਕੱਢਣ ਤੇ ਲਗਾਇਆ ਰੋਕ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਪੁਲਿਸ ਨੇ 6 ਮਹਿਲਾਵਾਂ ਸਮੇਤ 11 ਲੋਕਾਂ ਨੂੰ ਆਪਤੀਜਨਕ ਹਾਲਤ ਵਿੱਚ ਕੀਤਾ ਗ੍ਰਿਫਤਾਰ। ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਟੀਮ ਗਠਿਤ ਕਰਕੇ ਕੀਤੀ ਕਾਰਵਾਈ। SHO ਬਲਜਿੰਦਰ ਸਿੰਘ ਨੇ ਦੱਸਿਆ ਕਿ 6 ਮਹਿਲਾਵਾਂ ਸਮੇਤ 11 ਲੋਕਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਅਗਲੇਰੀ ਜਾਂਚ। ਪੰਜਾਬ ਸਰਕਾਰ ਨੇ ਸਾਰੇ ਤਰ੍ਹਾਂ ਦੀ ਰਜਿਸਟਰੀਆਂ ਦੇ NOC ਦੀ ਸ਼ਰਤ ਖਤਮ ਕਰਨ ਦਾ ਲਿਆ ਫੈਸਲਾ। ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਧਿਕਾਰੀਆਂ ਦੇ ਲਈ ਬੈਠਕ। ਮੀਟਿੰਗ ਵਿੱਚ ਰਾਜਸਭਾ ਮੰਤਰੀ, ਸਥਾਨਕ ਨਿਕਾਇ ਮੰਤਰੀ ਅਤੇ ਸਾਰੇ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਕਾਨੂੰਨੀ ਮਾਹਰ ਰਹੇ ਮੌਜੂਦ। ਮੀਟਿੰਗ ਵਿੱਚ ਇਸ ਫੈਸਲੇ ਦੇ ਸਾਰੇ ਧਿਰਾਂ ਤੇ ਹੋਈ ਚਰਚਾ।
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ 2 ਸਾਲ ਬਾਅਦ ਹੋਇਆ ਵੱਡਾ ਖੁਲਾਸਾ। ਹੱਤਿਆਕਾਂਡ ਦੇ ਵਿੱਚ ਸ਼ਾਮਿਲ ਸ਼ੂਟਰ ਕੇਸ਼ਵ ਨੇ ਦੱਸਿਆ ਕਿ ਫਾਇਰਿੰਗ ਕਰਨ ਤੋਂ ਪਹਿਲਾਂ ਸੁਨਸਾਨ ਥਾਂ ਤੇ ਚਲਾਕਰ ਚੈੱਕ ਕੀਤੀ ਗਈ ਸੀ। AK-47 ਗੈਂਗਸਟਰਾਂ ਨੇ ਗ੍ਰੇਨੇਡ ਲਾਂਚਰ ਵੀ ਚਲਾਇਆ, ਲੇਕਿਨ ਉਸ ਵਿੱਚ ਉਹ ਨਹੀਂ ਹੋਏ ਸਫਲ। ਬਦਮਾਸ਼ਾਂ ਨੇ ਮੂਸੇਵਾਲਾ ਨੂੰ ਮਾਰਨ ਦੇ ਲਈ ਪੁਲਿਸ ਕਰਮੀ ਬਣਨ ਦਾ ਵੀ ਕੀਤਾ ਸੀ ਪਲਾਨ, ਲੇਕਿਨ 2 ਮਹਿਲਾਵਾਂ ਨਾ ਮਿਲਣ ਦੇ ਕਾਰਨ ਇਸ ਪਲਾਨ ਵਿੱਚ ਬਦਮਾਸ਼ਾਂ ਨੇ ਕਰ ਦਿੱਤਾ ਸੀ ਬਦਲਾਅ। ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਇਹਨਾਂ ਹੀ। ਜ਼ਿਆਦਾ ਖਬਰਾਂ ਵੇਖਣ ਲਈ ਯੂਟਿਊਬ 'ਤੇ ਟਾਈਪ ਕਰੋ ਸੱਚ ਕਹੂੰ ਪੰਜਾਬੀ ਚੈਨਲ।